Bismillahirrahmanirrahim. Once again, welcome back. Lakhon karoron durood o salam Nabi Pak sallallahu alaihi wasallam par aur unki aal par. To ye uncle ji ke paas maine ye sabz kabutar dekhe. Assalamu alaikum. Uncle ji kis tarah par laye ne? Ye 1000 rupaye par hai. Kehri nasal hai mutarif karao? Ye Indian hai. Indian kehre? Neele hare. लो फ्लायर के हाई फ्लायर? लो फ्लायर कहाँ से आ गए? हाई फ्लायर खुद है, हाई फ्लायर है, हम खुद हाई फ्लायर है। ये 1000 रुपए पर मांग रहे हैं। तो दोस्तों मंडी में रश देख ले, आज बारिश भी हुई है। ਹਾਂਜੀ ਉਸਤਾਦ ਜੀ ਕੀ ਹਾਲ ਚਾਲ ਨੇ? ਠੀਕ ਠਾਕ ਜਨਾਬ, ਦੁਆਵਾਂ ਨੇ ਤੁਹਾਡੀ। ਤੇ ਅੱਜ ਬਾਰਿਸ਼ ਨੇ ਵੇਖ ਲਓ ਕੈਸਾ ਮੰਡੀ ਚ ਗਹਿਮਾ ਗਹਿਮੀ ਪਾਤੀ ਹੈ। ਹਾਂਜੀ ਮਾਸ਼ਾਅੱਲਾ, ਮੈਂ ਕਿ ਗੱਡੀ ਲਾ ਕੇ ਤੇ ਅੱਜ ਮੈਂ ਕਿਸ਼ਤੀ ਲਾ ਕੇ ਆਇਆ। ਅੱਜ ਕਿਸ਼ਤੀ ਲੈ ਕੇ ਆਇਓ? ਇਹ ਪਰਿੰਦਾ ਜੀ ਦੋਸਤੋ, ਜ਼ਾ ਕਬੂਤਰ ਹੈ। ਇਹ ਨਰ ਹੈ? ਇਹ ਨਰ ਹੈ। ਅੱਛਾ, ਇਹ ਚਪੜੇ ਕਬੂਤਰ ਮੇਂ ਸੇ ਬਣਾ ਹੁਆ ਹੈ ਜੀ? ਇਹ ਚਪੜੇ। ਅੱਛਾ, ਇਸ ਦਾ ਮੇਰਾ ਸਹੀ ਕਹਿ ਰਹਾ ਹੂੰ ਮੈਂ ਜੀ? ਬਿਲਕੁਲ ਸਹੀ ਕਹਿ ਰਹੇ, ਸਾਡਾ ਆਦਮੀ ਹੈ ਸਰ। ਇਹ ਆਪਕੀ ਮੁਹੱਬਤ ਹੈ, ਦੇਖਣਾ ਹੌਸਲਾ ਅਫਜ਼ਾਈ ਕੀ ਵੀ ਨਾ ਕਹਿ ਦੇਣਾ ਸਹੀ ਬਤਾਨਾ। ਕੀ ਰੇਟ ਮੰਗ ਰਹੇ ਇਸਕਾ? 2000। ਇਸਕੇ ਸਾਥ ਫੀਮੇਲ ਵੀ ਦਿਖਾਏਗੇ? ਇਹ 4000 ਰੁਪਏ ਦਾ ਜੋੜਾ। 4000 ਰੁਪਏ ਦਾ ਜੋੜਾ ਮਿਲੇਗਾ। ਇਹ ਲੋ ਜੀ, ਇਹ ਚਪੜੀ ਫੀਮੇਲ ਕਾ ਸ਼ੌਕ ਵੀ ਕਰੇ ਦੋਸਤੋ, ਪੱਠੀ ਹੈ ਵੀ ਇਹ। ਇਹ ਪੱਠੀ ਹੈ? ਇਹ ਪੱਠੀ ਹੈ ਵੀ, ਇਹ ਸਾਥ ਸਾਥ ਗਲੀ ਗਈ ਹੈ ਮੇਰਾ ਸਹੀ ਹੈ। ਤੇ ਯਾਰ ਇਹ 4000 ਮਹਿੰਗੀ ਨਹੀਂ ਕੁਝ ਜ਼ਿਆਦਾ? 3000 ਹੋ ਜਾਏਗਾ ਸਰ। 2000 ਨਹੀਂ ਹੋ ਜਾਏਗਾ? 2000 ਹੋ ਜਾਏਗਾ। ਇਹ ਲੈ ਜੀ ਦੋਸਤੋ, 2000 ਮੈਂ ਇਹ ਜੋੜਾ ਪਰਚੇਸ ਕੀਤੀ ਹੈ। ਇਹ ਚਪੜੀ ਪੱਠੀ ਹੈ ਸਾਥ ਸਾਥ ਗਲੀ ਗਈ, ਲੇਕਿਨ ਇਹ ਬਹੁਤ ਅੱਛੇ ਚਪੜੇ ਹੈ ਭਾਈ ਜੀ। ਮੁਹੱਬਤ ਹੈ ਉਸਨੇ ਮੇਰੇ ਸਾਥ, ਇਹ ਖਾਸ ਮੁਹੱਬਤ ਕੀ ਹੈ। ਇਹ ਦੇਖੇ ਆਂਖ ਅਭੀ ਔਰ ਮੈਲੀ ਕਰੇਗੀ, ਇਹ ਮਸਲ ਰੱਖੇ ਬਣ ਜਾਏਗੇ ਆਹਿਸਤਾ ਆਹਿਸਤਾ, ਐਸੇ ਬਣੇਗੇ ਨਾ। ਇਸ ਕਾ ਰੇਸ਼ਾ ਥੋੜਾ ਸਾ ਖੜਕ ਰਿਹਾ ਮੇਰੇ ਹਿਸਾਬ ਸੇ, ਇਸ ਨਾਲ ਬਿਲਕੁਲ ਨਹੀਂ ਹੈ। ਉਸਤਾਦ ਜੀ ਲੈ ਲਿਆ 2000 ਰੁਪਏ ਮੈਂ ਜੀ? ਬਿਲਕੁਲ ਲੈ ਲਿਆ। ਮੁਬਾਰਕ ਹੋ। ਖੈਰ ਮੁਬਾਰਕ। ਔਰ ਕੀ ਪੈਗਾਮ ਦੇਤੇ ਹੈ ਦੇਖਣੇ ਵਾਲੋਂ ਕੋ? ਦੇਖਣੇ ਵਾਲੋਂ ਕੋ ਇਹ ਸਿੱਧੀ ਬਾਤ ਹੈ ਕਿ ਮੁਹੱਬਤ ਕਾ ਹੀ ਪੈਗਾਮ ਹੈ, ਠੀਕ ਹੈ ਨਾ। ਛੋਟੋ ਸੇ ਪਿਆਰ ਕਰੇਂ, ਬੜੋ ਕਾ ਇਤਰਾਮ ਕਰੇਂ। ਅਸਲਾਮ ਅਲੈਕੁਮ ਦੋਸਤੋ, ਕਾਫੀ ਦੋਸਤ ਭਾਈ ਕਹਿ ਰਹੇ ਥੇ ਕਿ ਹਮਜ਼ਾ ਭਾਈ ਅਭੀ ਤੱਕ ਆਪਨੇ ਜੋਰਾ ਨਹੀਂ ਨਿਕਾਲਾ। ਗੁਜਰਾਤ ਮੈਂ ਗਏ ਥੇ, ਇੱਕ ਜੋਰਾ ਹਮਨੇ ਸ਼ਾਹ ਜਹਾਨਪੁਰੀ ਯੇ ਵਾਲਾ ਜੋਰਾ ਦੋਸਤੋ ਭਾਈ ਉਹ ਕੁਰਾਨਦਾਜ਼ੀ ਮੈਂ ਲਗਾਇਆ ਥਾ, ਠੀਕ ਹੈ। ਔਰ ਯੇ ਵੀਡੀਓ ਥੀ, ਚੈੱਕ। ਕਾਫੀ ਦੋਸਤੋ ਔਰ ਭਾਈਓ ਨੇ ਨਾ ਮੈਂ ਕਮੈਂਟ ਕੀਆ ਥੇ, ਠੀਕ ਹੈ। ਤੋ ਯੇ ਚੈੱਕ ਕਰੇਂ ਦੋਸਤੋ, ਤਕਰੀਬਨ 64 ਬੰਦੋ ਨੇ ਹਮੇ ਕਮੈਂਟ ਕੀਆ, 64 ਬੰਦੇ, ਠੀਕ ਹੈ। ਚੈੱਕ ਕਰ ਸਕਤੇ ਹੈ, ਬਹੁਤ ਹੀ ਅੱਛੇ ਅੱਛੇ ਕਮੈਂਟ ਹਮੇ ਆਏ ਹੈ। ਤੋ ਇਸਕਾ ਕੁਰਾਨਦਾਜ਼ੀ ਕਰਨੇ ਕਾ ਬਿਹਤਰੀਨ ਔਰ ਆਸਾਨ ਹੱਲ ਯੇ ਹੈ ਕਿ ਗੂਗਲ ਕੇ ਜ਼ਰੀਏ ਹਮ ਇਸਕੀ ਕੁਰਾਨਦਾਜ਼ੀ ਕਰੇਂਗੇ। ਗੂਗਲ ਜਿਸਕੋ ਵੀ ਵਿਨਰ ਪਿੱਕ ਕਰੇਗਾ ਉਸੀ ਭਾਈ ਕੋ ਜੋੜਾ ਮਿਲ ਜਾਏਗਾ। ਔਰ ਤਮਾਮ ਭਾਈਓ ਕੇ ਅਗਰ ਰਿਕੁਐਸਟ ਹੈ ਕਿ ਜਿਸ ਭਾਈ ਕਾ ਵੀ ਪੇਅਰ ਨਿਕਲੇ ਵੋ ਭਾਈ ਲਾਜ਼ਮੀ ਰਾਬਤਾ ਕਰੇ ਹਮਾਰੇ ਸਾਥ। ਤੋ ਅਬ ਹਮ ਇਸ ਵੀਡੀਓ ਕਾ ਲਿੰਕ ਕਾਪੀ ਕਰੇਂਗੇ, ਠੀਕ ਹੈ। ਲਿੰਕ ਕਾਪੀ ਕਰਨੇ ਕੇ ਬਾਅਦ ਗੂਗਲ ਮੇਂ ਜਾਏਂਗੇ, ਗੂਗਲ ਮੇਂ ਜਾ ਕੇ ਕਮੈਂਟ ਪਿੱਕ ਕੇ ਉੱਪਰ ਜਾਏਂਗੇ ਹਮ। ਤੋ ਯੇ ਦੇਖੇਂ ਦੋਸਤੋ, ਮੈਨੇ ਉਸਕਾ ਲਿੰਕ ਨਿਕਾਲ ਲਿਆ, ਠੀਕ ਹੈ। ਇਧਰ ਸੇ ਹਮ ਜਾਏਂਗੇ ਕਮੈਂਟ ਪਿੱਕਰ ਕੇ ਉੱਪਰ, ਠੀਕ ਹੈ। ਕਮੈਂਟ ਪਿੱਕਰ ਕੇ ਉੱਪਰ ਜਾ ਕੇ ਯੇ ਨੀਚੇ ਵਾਲਾ ਯੂਟਿਊਬ, ਠੀਕ ਹੈ, ਇਸਕੋ ਹਮ ਇਧਰ ਸੇ ਸਿਲੈਕਟ ਕਰੇਂਗੇ। ਜਬ ਹਮ ਸਿਲੈਕਟ ਕਰੇਂਗੇ ਇਧਰ ਹਮ ਉਸਕਾ ਲਿੰਕ ਡਾਲ ਦੇਂਗੇ। ਯੇ ਚੈੱਕ ਕਰੇਂ ਦੋਸਤੋ, ਇਧਰ ਸੇ ਹਮ ਇਸਕੋ ਨਾ ਓਕੇ ਕਰਕੇ, ਠੀਕ ਹੈ। ਜਬ ਇਸਕੋ ਹਮ ਓਕੇ ਕਰੇਂਗੇ
इसको आगे कंटिन्यू करना है। कंटिन्यू करने के बाद ये देखें 64 आए हैं कमेंट, इनमें से पिक का विनर करेंगे। बर्ड्स हॉबीज विद आकिब 80-86 भाई का पेयर निकला, ठीक है, तो बहुत बहुत मुबारक हो आकिब भाई आपको। आप हमारे नंबर के ऊपर रब्ता कर लेना, आपको आपका पेयर मिल जाएगा। पेयर का भी मैं शो करवा देता हूँ, ठीक है। तो बहुत बहुत दिल की गहराइयों से मुबारकबाद पेश करता हूँ। 64 भाइयों ने हमें कमेंट किए थे तो इस भाई का निकला है। माशाल्लाह का कमेंट किया, कोई इसने बड़ा कमेंट नहीं किया। काफ़ी दोस्तों ने बहुत बहुत अच्छे कमेंट किए हैं, बहुत बहुत बड़े कमेंट किए हैं, ठीक है। लेकिन मैं इसको धा देता हूँ कि यार इसकी किस्मत में पेयर था, तो पेयर का भी शो करवा देता हूँ आपको। तो ये पेयर इफ्तखार भाई की तरफ से है दोस्तों, बतौर इनाम। तो इंशाल्लाह ताला ये सिलसिला रुकेगा नहीं दोस्तों, ये फ्यूचर में चलता रहेगा। जब हमारे चैनल के 50,000 सब्सक्राइबर हो जाएंगे इंशाल्लाह ताला, मैं भाइयों का दिल खुश कर दूंगा। तकरीबन 3 से 5 पेयर होंगे दोस्तों उस कुरानदाजी के अंदर, और तमाम भाइयों का दिल मैं वैसे खुश कर दूंगा इस चीज़ के ऊपर। और जो भाई भी हमारे साथ रब्ता करते हैं, हमसे परिंदे मंगवाते हैं, हम उनको वैसे भी एक आधा गिफ्ट लाजमी बेचते हैं। तो बहुत शुक्रिया लारी अड्डा की वीडियो को देखिए दोस्तों। जी दोस्तों ये अंकल जी के पास आए हैं, चेक करें माशाल्लाह। और ये शकील भाई आए हैं जी। अस्सलाम वालेकुम शकील भाई। वालेकुम सलाम अल्लाह भाई, कैसे हैं, खैरियत से? जी अल्लाह का करम। तो शकील भाई आपकी बहस क्या हो रही थी इनसे, ये बता दे। यार वो कबूतरों की ना ये जो नोज है इसे लेके बहस हो रही थी। उसके अलावा उन्होंने क्या कहा बच्चे के बारे में? वो कहते हैं ये बच्चा गीला करके बिठा देना। अच्छा उड़ेगा नहीं? हाँ मेरे यानी कि 700 चैलेंज है, गीला करके बिठा दो ये उड़ा दो घर वापस आएगा। तो मैंने भाई गीला करके छोड़ दो वापस आएगा। अल्हम्दुलिल्लाह अगर इत्थे एक्सपेरिमेंट किया जाए तो कितने जाना पड़ेगा जो तड़ा दिल करे आखिरी कदा दिन दो तो सही जगह पे बैठे नहीं गल हुई गीले दी असि ना 10,000 10,000 रुपए दे खरीदार हो 10,000 रुपए मैं देगा नु गीला करके छोड़ो उड़ा बाद दे दिए के नु एक जगह पे बिठाया जाए ताकि वो बैठे उन पता लगे मेरा घर है मेरी जगह कर के नु जाज ਕਿੰਨੇ ਦਿਨਾਂ ਦਾ ਐਕਸਪੈਰੀਮੈਂਟ ਹੋਏਗਾ ਸਾਹ ਜੀ? ਦੋ ਦਿਨ ਆਪਣੇ ਜੱਜ ਪਾ ਲਓ, ਤੀਸਰੇ ਦਿਨ ਹੀ ਜਾਏਗਾ। ਉਦੋਂ ਸਾਰੀ ਸਾਡੇ ਕੋਲ ਵੀ ਨਾ ਅਸੀਂ ਦਿਹਾੜੀ ਬਿਠਾਉਂਦੇ ਹਾਂ ਉੱਡ ਕੇ ਵਾਪਸ ਆਉਂਦੇ ਯਾਰ ਇੱਕ ਦੋ ਦਿਨ। ਤੁਸੀਂ ਵੀ ਕੋਈ ਖਰੀਦਿਆ ਕਿ ਨਹੀਂ? ਮੈਂ ਸਰ ਦੋਸਤਾਂ ਦੀ ਫਰਮਾਇਸ਼ ਤੇ ਆਈਦਾ ਪਰ ਪਰਚੇਜ਼ ਕਰੀਦੇ ਨੇ, ਕਾਫੀ ਦੋਸਤ ਨੇ ਇਸ ਚੀਜ਼ ਤੋਂ ਇਤਰਾਫ਼ ਕਰਦੇ ਨੇ ਕਿ ਯਾਰ ਅਸੀਂ ਮੰਡੀਓ ਨਹੀਂ ਲੈਂਦੇ। ਮੇਰੀ ਖੁੱਲੀ ਬਾਤ ਹੈਗੀ, ਮੰਡੀਓ ਵੀ ਲੈਂਦੇ ਹਾਂ, ਛੱਤਾਂ ਨੂੰ ਵੀ ਲੈਂਦੇ ਹਾਂ, ਮਾਰਕੀਟ ਵੀ ਲੈਂਦੇ ਹਾਂ। ਵੇਖੋ ਉਸਤਾਦ ਅਮਜੇ ਸਾਹਿਬ ਦੀ ਵੀਡੀਓ ਬਣਾਈ, ਉਹਨਾਂ ਨੇ ਮੰਡੀ ਚ ਜੋਰਾ ਖਰੀਦਿਆ। ਵੇਖੋ ਜੀ ਅਸੀਂ ਆਪਣੀ ਮੁਰਸਰ ਜਾਂ ਮਾਰਚ ਰੱਖੀਦਾ, ਜੋ ਸਾਡੀ ਰੋਜ਼ੀ ਰੋਟੀ ਅਸੀਂ ਭਾਈਆਂ ਸੇ ਲੈਂਦੇ, ਭਾਈਆਂ ਨੂੰ ਸੇਲ ਕਰਦੇ। ਯਾਰ ਮੈਂ ਖੁਦ ਖਰੀਦਣਾ, ਸਾਨੂੰ ਪਸੰਦ ਆਉਣਾ ਚਾਹੀਦਾ। ਇੱਕ ਹੁੰਦਾ ਹੁੰਦਾ ਭਾਈ ਮੰਨ ਲੈਣਾ, ਇੱਕ ਹੁੰਦਾ ਮਾਂ ਦੀ ਗੱਲ ਹੀ ਕਰਨੀ, ਮੰਨ ਲੈਣਾ ਵੱਡੀ ਗੱਲ ਹੈਗੀ। ਸਹੀ ਗੱਲ, ਪਰਚੇਜ਼ ਕਰਨੇ ਮੁਰਾਦ ਹੈ, ਕਈ ਕਹਿੰਦੇ ਉਹ ਲੈ ਕੇ ਵੀ ਕਹਿੰਦੇ ਅਸੀਂ ਤਾਂ ਲੈਂਦੇ ਹੀ ਭੈਣ, ਕਿਉਂ ਨੀ ਲੈਂਦੇ? ਮੇਰੀ ਗੱਲ ਸੁਣੋ, ਇਹ ਮੰਡੀ ਚ ਜਿਹੜਾ ਪਰਿੰਦਾ ਆਂਦਾ ਖੁੱਲੀ ਆਵਾਜ਼ ਹੈ, ਦੋ ਦੱਸੋ ਨਾ ਕਿ ਆਂਦਾ ਕਿੱਥੋਂ ਹੈ? ਘਰਾਂ ਚੋਂ ਹੀ ਆਂਦਾ ਹੈ। ਘਰਾਂ ਚੋਂ ਹੀ ਆਂਦਾ ਨਾ? ਜੀ ਆਂਦਾ ਹੈ, ਇੱਥੋਂ ਹੀ ਆਪਣੇ ਦਿਮਾਗ ਨੂੰ ਚਲਾ ਕੇ ਤੁਸੀਂ ਲੈ ਕੇ ਜਾਣਾ ਮੰਡੀ ਚ। ਤੁਸੀਂ ਇਹ ਦੱਸੋ ਕਿਹੜਾ ਉਸਤਾਦ ਨਹੀਂ ਆਇਆ? ਹਰ ਬੰਦਾ ਮੰਡੀ ਚੋਂ ਲੈ ਕੇ ਜਾਂਦਾ ਤੇ ਹਾਂ ਜੀ ਘਰੋਂ ਤੇ ਮਾਂ ਦੇ ਉੜ ਕੇ ਬੋਲ ਕੁਝ ਵੀ ਲੈ ਕੇ ਆਂਦਾ, ਝੂਠ ਬੋਲ ਕੇ ਆਪਣਾ ਰਿਸ਼ਕੇ ਹਲਾਲ ਨਾ ਜੋ ਭਾਈ ਜਨ ਉਹ ਖਰਾਬ ਹੋ ਜਾਏ। ਦੇਖੋ ਜੀ ਜਿਹੜਾ ਪ੍ਰੈਕਟੀਕਲ ਸੱਚੀ ਮੌਤ ਦੀ ਆਵਾਜ਼ ਦੇ ਰਿਹਾ। ਅੱਛਾ ਇਹਨੂੰ ਭਿਉਂ ਕੇ ਛੱਡ ਦਿਓਗੇ, ਨਸੇਗਾ ਨਹੀਂ? ਮੇਰਾ ਬੱਚਾ ਇਹਨੂੰ ਨਹੀਂ ਪਤਾ ਗੋਲਡਨ ਕਿਹੜਾ, ਡੈਡੀ ਕਿਹੜਾ, ਕਿਹੜਾ ਚੀਜ਼ ਹੈ। ਸਿਰਫ ਮੇਰਾ ਇੱਕੋ ਹੀ ਬੇਟਾ,
ਨਮਸਕਾਰ ਜੀ, ਸ਼ੁਭ ਕਰਦੇ ਨੇ, ਵੱਡੀ ਤਾਰੀਫ ਹੋ ਗਿਆ, ਦੱਸੋ ਕਿੰਨੇ ਦਾ? ਠੀਕ ਹੈ, ਮੈਂ 2000 ਰੁਪਏ ਦਾ ਖੁਦ ਰੋਕਿਆ ਜੀ, ਬੱਚਾ ਗਲਤੀ ਨਾਲ ਪਾ ਗਿਆ, ਮੈਂ 2000 ਰੁਪਏ ਦਾ ਪੱਠਾ ਦੇ ਰਿਹਾ ਵਾ। 2000 ਦਾ ਦੇ ਰਹੇ ਹੋ? ਤਸ਼ਕੀਲ ਬਾਈ ਕੀ ਦਿੰਦੇ ਹੋ ਤੁਸੀਂ? ਨਹੀਂ, ਮੇਰੀ ਸਮਝ ਨਹੀਂ ਆਉਂਦਾ, ਮੈਂ ਕੋਈ ਬੱਚਿਆਂ ਨੂੰ ਜ਼ਿਆਦਾ ਖੁਦ ਨਹੀਂ ਹੁੰਦੀ, ਅਸੀਂ ਆਪ ਖੁਦ ਉਡਾਉਂਦੇ ਹਾਂ। ਵੀ ਉਹ ਵੀ ਚੈੱਕ ਕਰ ਲਓ ਪਾਛੋ, ਸਹੀ ਹੋ ਗਿਆ। ਬਹੁਤ ਸ਼ੁਕਰੀਆ ਸ਼ਕੀਲ ਬਾਈ। ਸਰ ਮੈਂ ਆਪਣੇ ਚੈਨਲ ਤੇ ਵੀਡੀਓ ਲਗਾਈ ਹੈ, 20,000 ਕੇ 25,000 ਕੇ ਜੋੜੇ, ਉਹ ਸਾਧ ਮੀਆਂ ਨਜ਼ੀਰ ਵਾਲੇ, ਆਪ ਦੇਖੇ ਜਾ ਕੇ ਮੇਰੇ ਚੈਨਲ ਕਾ ਵਿਜ਼ਿਟ ਕਰੇ। ਨਾਮ ਬਤਾ ਦੇ ਯਾਰ, ਕੀ ਅਹਿਮਦ ਬਰਡਸ ਮਾਰਕੀਟ ਮੇਰੇ ਚੈਨਲ ਦਾ ਨਾਮ ਹੈ। ਇਹ ਚੈੱਕ ਕਰੇ ਦੋਸਤੋ, ਬਾਰਿਸ਼ ਨੇ ਕਾਫੀ ਸਮਝ ਲੈਂਗੇ ਭਾਈਓ ਕਾ ਕਾਮ ਖਰਾਬ ਕਰ ਦਿਆ ਜੀ। ਭਾਈ ਜਾਨ ਅਸਲਾਮ ਵਾਲੇਕੁਮ, ਕਹਾਂ ਸੇ ਆਤੇ ਹੈਂ? ਸਹੀ ਹੋ। ਤੇ ਨਾਮ ਕੀ ਹੈ ਭਾਈ ਦਾ? ਤੇ ਭਾਈ ਜਾਨ ਆਵਾਜ਼ ਕੱਢੋ ਨਾ ਬਾਹਰ ਕਿ ਅੱਛੇ ਜੇ ਪਰਿੰਦੇ ਦਾ ਸ਼ੋਅ ਕਰਾ ਦਿਓ ਜਿਹੜਾ ਤੁਹਾਨੂੰ ਅੱਛਾ ਲੱਗਦਾ ਹੈ। ਇਹ ਭਾਈ ਨੇ ਪਰਿੰਦਾ ਨਿਕਾਲ, ਇਹ ਇੰਡੀਅਨ ਕਬੂਤਰ ਹੈ ਭਾਈ, ਕੀ ਰੇਟ ਹੈ ਇਸਕਾ? 800 ਰੇਟ ਹੈ। ਇੱਕ ਹੈ ਪਰਿੰਦਾ ਭਾਈ ਦਾ, ਚੈੱਕ ਕਰੋ, ਸ਼ਹਿਜ਼ਾਦੇ ਭਾਈ ਇਸਕਾ ਕਿਆ ਰੇਟ ਹੈ? ਯੇ ਵੀ ਨਾਰਾ ਨਾ, ਯੇ ਵੀ ਨਾਰਾ, ਕਿਉਂਕਿ ਹੈ ਛੋਟੇ ਸਾਈਜ਼ ਮੇ ਲੱਗ ਮਾਤੀ ਰਹੀ ਥੀ। ਇੱਕ ਹੈ ਅੰਕਲ ਜੀ ਨੇ ਲਿੱਤਾ, ਦਿਖਾਣਾ, ਲੈ ਲਿੱਤਾ ਜੀ, ਬਾਬਾ ਕਬੂਤਰ ਹੈਗਾ ਜੀ। ਬਾਬਾ ਕਿੰਨੀ ਕੁ ਉਮਰ ਹੋਏਗੀ? 10-15 ਸਾਲ ਤੇ ਘੱਟ ਹੈ, 10 ਤੋਂ ਉੱਤੇ ਹੀ ਹੋਏਗੀ। ਇਹ ਚੈੱਕ ਕਰੋ ਦੋਸਤੋ, ਕਿਆ ਬਾਤ ਹੈ ਜੀ, ਲੁੱਟ ਮਾਰ ਮੱਚ ਗਈ ਹੈ। ਹਾਂਜੀ, ਮੁੱਲ ਲੈਣ ਆਏ ਹੋ? ਇਹ ਸ਼ੋਅ ਕਰਵਾਉਣਾ ਬਾਈ, ਖਰੀਦਿਆ ਵੀ ਹੈ ਕਿ ਖਾਲੀ ਵੇਖਣ ਹੀ ਆਏ ਹੋ? ਹਾਂਜੀ, ਬਾਈ ਦਾ ਰੇਟ ਜ਼ਿਆਦਾ, ਕੀ ਰੇਟ ਮੰਗ ਰਿਹਾ ਬਾਈ? 4000 ਦਾ ਇੱਕ ਪੀਸ। ਸਹੀ ਭੈਣ, ਤੁਸੀਂ 4000 ਵਾਲਾ ਚੈੱਕ ਕੀਤਾ ਤੇ ਅਗਲੇ ਨੇ 4000 ਦੱਸਿਆ ਨਾ, ਤੁਸੀਂ 400 ਵਾਲੇ ਲੈਣ ਆਏ ਹੋ? 400 ਵਾਲੇ ਨਹੀਂ, ਤੁਹਾਨੂੰ 400 ਵਾਲੇ ਦਵਾ ਦਿੰਦੇ ਆਇਓ, ਇੱਕ ਲਾਇਆ ਮੈਨੂੰ 1000 ਰੁਪਏ ਮੰਗ ਲਿਆ ਥੱਲੇ ਗਏ। ਨਹੀਂ ਨਹੀਂ, ਉਹ ਮੈਂ ਦਿਖਾ ਰਿਹਾ, ਹਾਂਜੀ। ਅਸਲਾਮ ਵਾਲੇਕੁਮ ਅਸਲਾਮ ਮੁਬੀਨ ਭਾਈ, ਕੀ ਹਾਲ ਚਾਲ ਨੇ? ਮੁਬੀਨ ਭਾਈ ਕੀ ਲੈ ਕੇ ਆਏ ਹੋ? ਅੱਜ ਤੇ ਵੈਸੇ ਹੀ ਆਇਆ ਤੁਹਾਨੂੰ, ਅੱਜ ਵੈਸੇ ਹੀ ਆ ਗਏ ਹੋ? ਹਾਂਜੀ ਯਾਰ, ਕੋਈ ਅੱਛੇ ਜੇ ਪਰਿੰਦੇ ਦਾ ਸ਼ੋਅ ਕਰਾਉਣਾ ਹੈ, ਇਹ ਅੱਛਾ ਹੈ? ਦੇਖੋ ਭਾਈ, ਅੱਛੇ ਹੀ ਲੈ ਕੇ ਆਏ ਨੇ ਸਾਰੇ, ਦੇਖੋ ਥੱਲੇ ਉੱਤੇ, ਮਾਸ਼ਾਅੱਲਾ ਅੱਛੇ ਨੇ, ਜਰਾ ਅੱਛਾ ਉਹ ਦਿਖਾ ਦਿਓ ਸਾਨੂੰ। ਦੱਸੋ ਜੀ, ਇਹ ਕੱਢਿਆ ਮੁਬੀਨ ਭਾਈ ਨੇ, ਮੁਬੀਨ ਭਾਈ ਇਹਦੀ ਕੁਆਲਿਟੀ ਕੀ ਹੈ? ਦੇਖੋ ਤੁਸੀਂ ਆਪ ਦੇਖੋ, ਮੈਨੂੰ ਦੱਸੋ ਨਾ ਯਾਰ, ਦੇਖੋ ਯਾਰ, ਅਸਲ ਚ ਨਵੇਂ ਸ਼ਕੀਨ ਭਾਈ ਵੀਡੀਓ ਵੇਖਦੇ ਨੇ, ਉਹਨਾਂ ਨੂੰ ਦੱਸਣਾ ਕਿ ਤੁਸੀਂ ਕੁਆਲਿਟੀ ਕੀ ਵਿਖਾਈ ਹੈ। ਤੁਸੀਂ ਮਾਸ਼ਾਅੱਲਾ ਅੱਖ ਦੀ ਚਮਕ ਦੇਖੋ, ਸਹੀ ਹੋ ਗਿਆ, ਅੱਖ ਦੀ ਚਮਕ, ਅੱਖ ਦੇਖੋ, ਪੁਤਲੀ ਦੇਖੋ, ਦੇਖੋ ਰਿੰਗ ਦੇਖੋ, ਨਾਲ ਉਹਦੇ
ਅੱਖ ਨੂੰ ਖਿਲਾੜ ਵੀ ਨਹੀਂ ਰਿਹਾ, ਸਹੀ ਹੋ ਗਿਆ ਐ ਚੱਲ। ਜਿਸਮ ਦੇਖੋ ਉਹਦਾ ਮਾਸ਼ਾਅੱਲਾ, ਹੱਡੀ ਦੇਖੋ, ਐ ਰਸ਼ ਵੇਖੋ ਦੋਸਤੋ, ਇਹਦੇ ਲਿਓ ਕਿਆ ਕਬੂਤਰ ਦਿਖਾਇਆ ਮੁਬੀਨ ਭਾਈ, ਕੀ ਰੇਟ ਹੈ ਇਹਦਾ? ਇਸ ਕਬੂਤਰ ਦਾ 5000 ਰੁਪਿਆ, 5000 5000 ਅੱਛਾ, ਮੈਂ 1000 ਸੁਣਿਆ ਨਾ, 5 ਨਾਲ ਪਹਿਲੇ ਪਹਿਲੇ 5 ਤੇ ਫੇਰ 1000, 5 ਰੁਪਏ ਦਾ ਦੇ ਕੇ ਸਿੱਕਾ ਤੇ ਨਾਲ 1000 ਦੇ ਸਕਦੇ ਨੇ ਬਾਈ? ਨਹੀਂ ਭਾਜੀ, ਹਾਂ ਤੁਸੀਂ ਕਿਹਾ ਪਹਿਲੇ 5 ਤੇ ਫੇਰ 1000, ਹਾਂਜੀ 5000 ਅਸੀਂ ਨਹੀਂ ਕਿਹਾ, 5 ਨੂੰ ਪਹਿਲੇ ਲਾਓ ਅੱਗੇ ਤੇ 5 ਦਾ ਸਿੱਕਾ ਨਾਲ ਲਾ ਦੇਣ ਤੇ ਫੇਰ। ਅੱਛਾ ਪਰਿੰਦਾ ਨਕਰੀਚ ਪਿਆ ਹੋਇਆ ਦੇਖੋ ਨਾ, ਹਾਂ ਓਲਡ ਏਜ ਦੇਖੋ ਨਾ, ਨਹੀਂ ਇੰਨਾ ਓਲਡ ਏਜ ਨਹੀਂ ਗਾ, ਕਰੀਚ ਪਿਆ ਹੋਇਆ ਓਲਡ ਹੁੰਦਾ ਤੇ ਦੇਖੋ ਨਾ ਸੁਜੀ। ਮੈਂ ਨਾ ਅੱਖ ਵਿਖਾਣਾ ਇੱਕ ਮਿੰਟ, ਮੈਂ ਜਿਹੜੀ ਚੀਜ਼ ਤੂੰ ਹਿਸਾਬ ਲਾਇਆ ਐਦੀਆਂ ਪਲਕਾਂ ਵੇਖ ਲਓ ਨਾ, ਫੁੱਲ ਗਈਆਂ ਨੇ, ਨਹੀਂ ਨਹੀਂ ਹਾਲੀ ਦੇਖੋ ਨਾ ਬਰੀਕ ਨੇ, ਐਡੀ ਮੋਟੀ ਨਹੀਂ ਹੈਗੀ, ਬਹੁਤ ਮੋਟੀ ਹੋ ਜਾਂਦੀ ਹੈ ਜੇ ਜੇ ਬੁੱਢਾ ਹੋ ਜਾਏਗਾ ਤੂੰ। ਸਹੀ ਹੋ ਗਿਆ, ਇਹ ਤਾਂ 5000 ਰੁਪਇਆ। ਮੁਬੀਨ ਭਾਈ ਕੋਈ ਹੋਰ ਦਿਖਾ ਦਿਓ, ਇਹ ਕੀ ਕੱਟਿਆ ਜੇ ਮਾਤੀ? ਮੁਬੀਨ ਭਾਈ ਅੱਜ ਕੱਲ ਪਰਿੰਦੇ ਸਾਰੇ ਗੰਜੇ ਹੋਏ ਪਏ ਨੇ, ਇਸੇ ਤਰ੍ਹਾਂ ਕਰੀਜ ਦੀ ਵਜ੍ਹਾ ਦੇ ਨਾਲ ਦੇਖੋ ਮੌਸਮ, ਹਾਂਜੀ ਕਰੀਜ ਦਾ ਮੌਸਮ ਹੈ। ਪਰ ਦਿਖਾਣਾ ਦੁਮ ਦਿਖਾ ਦਿਓ, ਸਰਦੀਆਂ ਚ ਵੀ ਕਰੀਸ ਤੇ ਗਰਮੀਆਂ ਚ ਵੀ ਕਰੀਸ ਪਰਿੰਦਾ ਰਹਿੰਦੇ ਕਰੀਸ ਚ, ਤੁਹਾਨੂੰ ਪਤਾ ਝਾੜੇ ਝੂੜੇ ਚ ਇੰਜ ਹੀ ਹੁੰਦਾ। ਤੇ ਇਹਦਾ ਕੀ ਰੇਟ ਹੈ ਬੋਸ? ਇਹਦਾ 4000। ਯਾਰ ਵੇਖ ਲਓ ਮੁਬੀਨ ਭਾਈ ਤੁਸੀਂ ਰੇਟ ਹੁਣ ਆਪਣੇ ਮੁਨਾਸਿਬ ਕਰ ਦਿਓ ਨਾ, ਹੋਰ ਦਿਖਾ ਦਿਓ, ਦੇਖੋ ਖਰਦ ਦੇਖੋ, ਪੱਟੀ ਮਾਦੀ ਦੇਖੋ, ਮਾਸ਼ਾਅੱਲਾ ਖਰਦ ਦੇਖੋ, ਸਹੀ ਹੋ ਇਹ ਕਿਹੜਾ ਕੱਢ ਲਿਆ ਜੇ ਲੱਖ ਮਾਦੀ ਰੈਡ ਬੁੱਲ ਕੱਢ ਲਈ ਜੇ, ਹਾਂਜੀ ਲੱਖ ਹੀ ਮਾਦੀ, ਪਰ ਦਿਖਾ ਦਾ ਮੁਬੀਨ ਭਾਈ ਇਹਦਾ ਕੀ ਰੇਟ ਹੈ? ਇਹਦਾ 4000। ਯਾਰ ਅਗਰ ਮੈਂ ਆਪਣੀ ਜਾਤ ਵਾਸਤੇ ਲੈਣੀ ਹੋਏ ਲਾਈਵ ਸੌਦਾ ਕਰੋ, ਤੁਹਾਡੀ ਜਾਤ ਵਾਸਤੇ 4000। ਯਾਰ ਸਿੱਧੀ ਗੱਲ ਕਰੋ ਮੁਬੀਨ ਭਾਈ, 4000 1000 ਰੁਪਇਆ ਦੇ ਦਈਏ ਇਹਦਾ ਮੌਕੇ ਤੇ, ਹਾਂਜੀ 4000 1000 ਰੁਪਇਆ ਓਕੇ ਕਰੋ, 4000 ਦੀ ਹੈ ਫਾਈਨਲ। ਪੈਨ ਅਸੀਂ ਵੀ ਆਪਣੇ ਦੋਸਤਾਂ ਨੂੰ ਗਿਫਟ ਹੀ ਕਰਨਾ, ਹਾਂ ਤੇ ਗਿਫਟ ਕਰੋ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ 4000 ਦਾ ਗਿਫਟ ਕਰ ਰਹੇ ਹਾਂ ਅਸੀਂ। ਨਹੀਂ ਹੈ ਠੀਕ, 1000 ਪਤਾ ਲੱਗੇ ਗਿਫਟ, ਸਹੀ ਹੋ ਗਿਆ। ਤੂੰ ਕੋਈ ਅੱਛਾ ਜਿਹਾ ਪਰਿੰਦਾ ਵਿਖਾ ਦਿਓ, ਹੋਰ ਇਹ ਨਰ ਕੱਢਿਆ ਦੋਸਤੋ, ਪਲਕ ਪਾਟਾ ਬੰਦਰ ਦੇਖੋ ਮਾਸ਼ਾਅੱਲਾ ਪੂਰੀ, ਦੋਵੇਂ ਦੀ ਘੱਟ ਹੈ ਤਕਰੀਬਨ ਸਮਝ ਲਓ ਕਿ, ਲੇਕਿਨ ਦੋ ਚੱਕਰੇ ਚ ਪਈ ਹੈ ਦੇਖੋ, ਸਹੀ ਹੋ ਗਿਆ, ਦੋਮ ਹੈ ਲੇਕਿਨ ਇਹ ਬੜੀ ਬਰੀਕ ਹੈ, ਸਹੀ ਹੋ ਗਿਆ। ਅੱਖ ਵਿਖਾਣਾ ਹੈ ਉਹ ਪਲਕ ਪਾਟੀ ਵਾਲਾ ਵਿਖਾਣਾ, ਜਿਹੜੀ ਚੀਜ਼ ਹੈ ਭਾਈਆਂ ਦੇ ਉਹ ਵੀ ਦਹਾਨੇ ਦਹਾਨੇ ਦੋਵੇਂ ਸਾਈਡ ਦੀ ਦਿਖਾਵਾਂ। ਹਾਂ ਭਾਈਆ ਵੇਖੋ ਮੁਬੀਨ ਬਾਈ, ਭਾਈਆਂ ਤੂੰ ਲੁਕਾਣਾ ਕੁਛ ਨੀ, ਦੇਖੋ ਜੀ ਇਹ ਤੁਹਾਨੂੰ ਦਿਖਾਣ ਲੱਗੇ ਨਾ, ਹੱਡੀ ਚੋਰ ਇਹਨਾਂ ਤੇ ਮੈਂ ਚੈੱਕ ਕੋਈ ਨੀ ਕੀਤੇ ਦੋਸਤੋ, ਕਿਸੇ ਦਾ ਖੁੱਲਾ ਹੋਏਗਾ ਕਿਸੇ ਦਾ ਬੰਦ ਹੋਏਗਾ ਪਤਾ ਕੋਈ ਨੀ, ਇਸੇ ਤਰ੍ਹਾਂ ਹੀ ਹੱਡੀ ਚੋਰ ਬੰਦ ਨੇ, ਦੇਖੋ ਇਹਨਾਂ ਦੇ ਇਹਦੀ ਪਲਕ ਪਾਟੀ ਹੈ, ਇਹ ਚੈੱਕ ਕਰੋ ਇਹਦੀ ਪਲਕ ਇੰਜੀ ਹੈ ਬਚਪਨ ਤੋਂ। ਅੱਛਾ ਮੁਬੀਨ ਬਾਈ ਇੱਕ ਸਵਾਲ ਹੈ, ਕਾਫੀ ਹੋ ਵੇਖੋ ਕਈਆਂ ਨੇ ਨਾਮ ਹੀ ਪਲਕ ਪਾਟਾ ਰੱਖਿਆ, ਹਾਂਜੀ ਠੀਕ ਹੈ, ਇਹ ਪਲਕ ਪਾਟਦੀ ਕਿਉਂ ਹੈ? ਬਸ ਹੋ ਸਕਦਾ ਬਚਪਨ ਚ ਕੋਈ ਚੀਜ਼ ਵੱਜ ਜਾਂਦੀ ਹੈ, ਬੱਚਾ ਪਾਲਦੇ ਪਰਿੰਦੇ ਦੀ ਚੁੰਝ ਲੱਗ ਗਈ ਕੁਛ, ਮੈਂ ਦੱਸਦਾ ਕੀ ਵਜ੍ਹਾ ਬਣਦੀ ਹੈ ਮੇਰੇ ਅੰਦਾਜ਼ੇ ਦੇ ਮੁਤਾਬਕ, ਬਾਜ਼ ਔਕਾਤ ਜ਼ਹਿਰ ਬਾਦ ਨਿਕਲਦਾ, ਜ਼ਹਿਰ ਬਾਦ ਵੀ ਨਿਕਲਦਾ ਜਦੋਂ ਝੜਦਾ ਤੇ ਨਾਲ ਹੀ ਉਹਦਾ ਮਾਸ ਵੀ ਉਤਰ ਜਾਂਦਾ, ਐਂ ਵੀ ਹੋ ਜਾਂਦਾ ਦੇਖੋ ਨਾ, ਹੁਣ ਕਈ ਦਫਾ ਚੋਗਾ ਦਿੰਦੇ ਕੋਈ
ਭੁੱਖ ਲੱਗ ਗਿਆ, ਕੁਛ ਹੋ ਗਿਆ, ਪਲਕ ਉੱਪਰ ਨੂੰ ਚੜ ਗਈ, ਸਹੀ ਹੋ ਗਿਆ। ਅੱਛਾ ਬਰਿੰਦਾ, ਉਹਨਾਂ ਨੂੰ ਰਿੰਗ ਹੋਵੇ ਤੇ ਲੋਕੀ ਕਹਿੰਦੇ ਇਮਾਮ ਦੀ ਨੇ, ਲੇਕਿਨ ਇਹ ਜੈਨੂਇਨ ਕਮੱਗਰ ਹੈ। ਅੱਛਾ ਕਮੱਗਰ ਹੈ, ਹਾਂਜੀ ਸਹੀ ਹੋ ਗਿਆ। ਇਹਨੂੰ ਤੁਸੀਂ ਡੱਬ ਵਾਲਾ ਵੀ ਨਹੀਂ ਕਹੋਗੇ? ਨਹੀਂ ਨਹੀਂ, ਇਹ ਕਮੱਗਰ ਹੈ। ਸਹੀ ਹੋ ਗਿਆ। ਕਮੱਗਰ ਦੀ ਕੀ ਨਿਸ਼ਾਨੀ ਹੈ? ਮੱਗੜ। ਕਮੱਗਰ ਦੀ ਨਿਸ਼ਾਨੀ ਕੀ ਹੈ? ਆਹ ਦੇਖੋ ਨਾ, ਤੁਸੀਂ ਆਹ ਖੁਦ ਦੇਖੋ, ਇਹਨਾਂ ਲਾਲ ਅੱਖ ਦੇ ਕਬੂਤਰਾਂ ਨੂੰ ਅਸੀਂ ਵੀ ਕਮੱਗਰ ਹੀ ਕਹਿੰਦੇ, ਲੇਕਿਨ ਇਹਦੇ ਤੁਸੀਂ ਜ਼ਰਾਤ ਅੰਦਰ ਦੇਖੋ, ਨਾਲ ਇਹਦੀ ਅੱਖ ਦੇ ਅੰਦਰ ਜ਼ਰਾਤ ਦੇਖੋ। ਇਹ ਪੁਰਾਣੇ ਕਬੂਤਰ, ਜੈਨੂਇਨ ਕਬੂਤਰ ਨੇ। ਇਹ ਦੇਖੋ ਤੁਸੀਂ, ਇਹਨਾਂ ਦੀ ਅੱਖਾਂ ਦੇ ਅੰਦਰ ਜ਼ਰਾਤ ਦੇਖੋ, ਕਿਸੇ ਨੇ ਰੇਤਲੇ ਜ਼ਰਾਤ ਨੇ। ਸਾਰਾ ਖੁੱਡੇ ਖਾਲੀ ਕਰ ਦਿਓਗੇ? ਨਹੀਂ, ਤੁਹਾਨੂੰ ਹੁਣ ਫਿਰ ਸ਼ੌਕ ਕਰਾਈਏ ਅਸੀਂ। ਇਹ ਅੱਜ ਸੁਬਹਾ ਤੁਹਾਨੂੰ ਪਤਾ ਬਾਰਿਸ਼ ਹੋਈ ਹੈ, ਉਹਦੀ ਵਜ੍ਹਾ ਦੇ ਨਾਲ ਨਾ ਜ਼ਰਾ ਕਬੂਤਰ ਥੋੜ੍ਹਾ ਜਿਹੇ ਬਦਰੰਗੇ ਗੁੱਲੇ ਗਿੱਲੇ ਗੁੱਲੇ ਆ, ਦੇਖੋ ਨਾ ਜ਼ਰਾ ਖਰਾਬ ਖਰੂਬ ਹੋਏ ਨੇ। ਤੇ ਇਹਦਾ ਕੀ ਰੇਟ ਮੰਗਿਆ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਕਮੱਗਰ ਵਿਖਾਇਆ? 5,000। ਤੇ ਇਹਦਾ ਕੀ ਰੇਟ ਹੈ? 4,000। ਇੱਕ ਮੱਗਰ ਪੇਰ ਹੈਗਾ ਜੀ, ਪੇਰ ਲੱਗਾ? ਹਾਂਜੀ ਲੱਗਾ। ਹਾਂਜੀ ਭੈਣ, ਤੁਸੀਂ ਕਈ ਵਾਰੀ ਕਿਹਾ ਲੱਗਾ, ਅੱਗੇ ਜਾ ਕੇ ਨਾ ਲੱਗਾ, ਉਹਦਾ ਕੀ ਹਾਲ ਹੈ? ਭੈਣ ਲਾ ਕੇ ਦਿਆਂਗੇ, ਲੱਗਾ ਜਦੋਂ ਕਹਿ ਰਹੇ ਭੈਣ, ਗਰੰਟੀ ਲੈ ਲਓ, ਨਾ ਲੱਗਾ ਲੱਗਾ ਪੇਰ ਨਹੀਂ ਲਾ ਗਿਆ, ਬਾਤ ਹੈਗੀ ਜੇ ਲੱਗਾ ਪੇਰ ਦੇਖੋ ਯੂਟਿਊਬ ਦੇ ਉੱਤੇ ਚੈਲੰਜ ਜੇ ਮੇਰਾ ਜੇ ਨਾ ਲੱਗਾ। ਲੱਗਾ ਜੋੜਾ ਕਿੰਨੇ ਦਾ ਜੇ? ਲੱਗਾ ਜੋੜਾ 8,000। ਤਾਂ ਜੀ ਰੇਟ ਤੁਸੀਂ ਜ਼ਿਆਦਾ ਮੰਗਦੇ ਹੋ, ਉਹਦੀ ਵਜ੍ਹਾ ਕੀ ਹੈ? ਕਬੂਤਰਾਂ ਦਾ ਰੇਟ ਹੁੰਦਾ, ਬੰਦੇ ਦਾ ਰੇਟ ਤੇ ਹੁੰਦਾ ਹੀ ਨਹੀਂ। ਮੰਤਰੀ ਵਾਲਾ ਨਾ ਟੜੀ ਭਾਈ ਜੇ, ਕੋਈ ਗੱਲ ਨਹੀਂ। ਤੁਹਾਨੂੰ ਵੀ ਮਜ਼ਾ ਆਵੇ, ਤੁਸੀਂ ਜ਼ਮੀਨਾਂ ਦੇਖੋ, ਪਤਾ ਚੱਲੇ ਯੂਟਿਊਬ ਤੇ ਵੀਡੀਓ ਚਾੜਨੀ ਅਸੀਂ। ਭੈਣ ਵੇਖੋ, ਅਸੀਂ ਰੋਜ਼ ਦੇ ਹਜ਼ਾਰਾਂ ਕਬੂਤਰ ਹੱਥਾਂ ਚ ਗੁਜ਼ਾਰਨੇ ਆ, ਦੇਖੋ ਜੀ ਸਾਨੂੰ ਹਰ ਕਬੂਤਰ ਪਸੰਦ ਨਹੀਂ ਆਂਦਾ। ਹਾਂਜੀ ਸਾਨੂੰ ਲੱਖਾਂ ਚ ਇੱਕ ਅੱਧਾ ਹੀ ਪਸੰਦ ਆਂਦਾ। ਇਹ ਵੀ ਪਲਕ ਪਾਰਟੀ ਜੀ, ਇਹਦੀ ਵੀ ਪਲਕ ਦੇਖੋ, ਇਹਦੀ ਵੀ ਪਾਰਟੀ, ਇਹ ਵੀ ਪਾਰਟੀ ਪਲਕ ਹੈ, ਇਹ ਮਾਦੀ ਜੇ ਅਨਾਰ ਵੇਖੋ ਕਾਸਾ। ਕੀ ਗੱਲ, ਅੱਜ ਪਲਕ ਪਾਟਿਆਂ ਦੀ ਲਾਈਨ ਲਾਤੀ? ਹਾਂਜੀ ਇਹ ਇੱਕ ਡਿਜ਼ਾਈਨ ਪਾਣਾ ਹੈ, ਡਿਜ਼ਾਈਨ ਬਣਾਇਆ ਦੇਖੋ ਨਾ, ਇਹ ਨਰ ਜੀ ਇਹਦਾ ਨਰ ਵੀ ਪਾ, ਇਹ ਵੀ ਪੇੜ ਲੱਗਾ। ਅੱਛਾ ਉਸਤਾਦ ਜੀ, ਮਿੱਸੇ ਦੀ ਨਿਸ਼ਾਨੀ ਕੀ ਹੈ? ਨਾ ਮਿੱਸਾ ਪੇਰ ਦੇਖ ਲਓ। ਨਹੀਂ ਤੁਸੀਂ ਮਿੱਸਾ ਕਹਿ ਰਹੇ ਹੋ, ਕਲਰ ਤੋਂ ਪਾਏ, ਕਲਰ ਦੇਖੋ ਨਾ ਉਹਨਾਂ ਦਾ, ਸਹੀ ਹੋ ਗਿਆ, ਕਲਰ ਡਿਫਰੈਂਟ ਹੁੰਦਾ ਨਾ ਇਹਨਾਂ ਦਾ। ਇਹ ਮਿੱਸਾ ਪੇਰ ਪੈਨ, ਮੈਨੂੰ ਪਤਾ ਕਿ ਮਿੱਸਾ ਪੇਰ ਹੈ, ਠੀਕ ਹੈ। ਕਿਉਂ ਜੀ ਭਾਈ ਜਾਨ, ਇਹਨਾਂ ਦੀ ਕੋਈ ਮੇਨ ਆਈਡੈਂਟੀਫਾਈ ਦੱਸੋ ਨਾ ਕਿ ਮਿੱਸਾ ਕਹਿੰਦੇ ਕਿਨੂੰ ਨੇ? ਇਹ ਕਲਰ ਦੇਖੋ, ਦੱਸਦੇ ਰਹੇ ਆ ਕਲਰ ਦੀ, ਕਲਰ ਦੀ ਵਜ੍ਹਾ ਤਾਂ ਕਿਹਾ ਪੈਨ, ਮਿੱਸਿਆਂ ਚ ਅੱਖਾਂ ਵੀ ਫਰਕ ਹੁੰਦਾ ਹੈ, ਕਈਆਂ ਦੀ ਚਿੱਟੀ ਅੱਖ ਵੀ ਹੁੰਦੀ ਹੈ, ਲਾਲ ਵੀ ਹੁੰਦੀ ਹੈ, ਠੀਕ ਹੈ। ਬਹੁਤ ਫਰਕ ਹੁੰਦਾ ਹੈ ਗੱਲ, ਬੰਦਿਆਂ ਚ ਜਿਵੇਂ ਬੰਦਿਆਂ ਚ ਦੇਖੋ, ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਕਾਲਾ ਹੈ, ਕੋਈ ਚਿੱਟਾ ਹੈ। ਇਹ ਵੇਖ ਲਓ ਨਾ, ਉਹਨਾਂ ਨਾਲ ਹੀ ਵੇਖ ਲਓ, ਸਾਡੇ ਵੱਲ ਵੇਖ ਲਓ, ਆ ਭਾਈ ਵੱਲ ਵੇਖ ਲਓ, ਇਹਨਾਂ ਨਾਲ ਵੇਖ ਲਓ, ਠੀਕ ਹੈ। ਹਰ ਬੰਦਾ ਮੁਖਤਲਿਫ ਹੀ ਵੈਰਾਈਟੀ ਹੈ ਇੱਥੇ। ਅੱਛਾ ਮੁਬੀਨ ਬਈ, ਇੱਕ ਸਵਾਲ ਦਾ ਜਵਾਬ ਲੈਣਾ ਸੀ, ਤੁਸੀਂ ਮਾਸ਼ਾਅੱਲਾ ਇਹਨਾਂ ਦੇ ਵਿੱਚ ਹੀ ਰਹਿੰਦੇ ਹੋ, ਤੁਹਾਡਾ ਕਾਫੀ ਤਜਰਬਾ, ਹੱਡੀ ਜ਼ਿਆਦਾ ਮੈਟਰ ਕਰਦੀ ਹੈ ਕਿ ਜ਼ੋਰ? ਦੇਖੋ ਜੀ, ਮੈਂ ਤੇ ਜ਼ੋਰ ਨਹੀਂ ਮੰਨਦਾ, ਹੱਡੀ ਜ਼ਿਆਦਾ ਬਿਹਤਰ ਹੋਣੀ ਚਾਹੀਦੀ ਹੈ।
ਜੋੜ ਖੁੱਲਾ ਵੀ ਦੇਖ ਲਓ ਅਸਮਾਨ ਸ਼ਾਮ ਤੱਕ ਉੱਡ ਜਾਂਦਾ। ਸਹੀ, ਜੋੜ ਵੈਸੇ ਵੀ ਕਈ ਲੋਕ ਬਹੁਤ ਸਖਤ ਪਸੰਦ ਕਰਦੇ ਨੇ, ਲੇਕਿਨ ਜੋੜ ਨਰਮ ਹੋਣਾ ਚਾਹੀਦਾ, ਨਰਮ ਹੋਣਾ ਚਾਹੀਦਾ, ਖੁੱਲਾ ਹੋਣਾ ਚਾਹੀਦਾ, ਹਲਕਾ ਜਿਹਾ ਖੁੱਲਾ ਹੋਣਾ ਚਾਹੀਦਾ। ਠੀਕ ਹੈ, ਜਦੋਂ ਕਬੂਤਰ ਉੱਡਦਾ ਨਾ, ਪਰਵਾਜ਼ ਕਰਦਾ, ਤੇ ਫਿਰ ਆਸਤਾ ਆਸਤਾ ਜੋੜ ਮਿਲ ਜਾਂਦਾ ਤੇ ਇਹਨਾਂ ਦਾ ਜੋੜ ਮਿਲਿਆ ਹੋਇਆ। ਚਲੋ ਇਹ ਤੁਸੀਂ ਉਡਾਰ ਵਾਲਿਆਂ ਦਾ ਹਿਸਾਬ ਲਾ ਲਓ ਕਿ ਉਹਨਾਂ ਦਾ ਹੋਣਾ ਚਾਹੀਦਾ, ਹੁਣ ਤੁਸੀਂ ਇਹ ਜੋਰਿਆਂ ਵਾਲੇ ਵੇਚ ਦਿਓ, ਇਹਨਾਂ ਦਾ ਕਿਸ ਤਰ੍ਹਾਂ ਹੋਣਾ ਚਾਹੀਦਾ? ਦੇਖੋ ਜੀ, ਇਹਨਾਂ ਦਾ ਵੀ ਜੋੜ ਤੁਸੀਂ ਅਗਰ ਲਾਉਂਦੇ ਹੋ ਨਾ, ਤੇ ਇੱਕ ਦਾ ਬੰਦ ਲਾ ਲਓ, ਇੱਕ ਦਾ ਥੋੜਾ ਜਿਹਾ ਖੁੱਲਾ ਲਾ ਲਓ, ਉਹ ਅੱਗੋਂ ਜੋੜ ਬਿਲਕੁਲ ਤੁਹਾਡੇ ਮੁਤਾਬਿਕ ਆ ਜਾਏਗਾ ਜੋ ਜੋ ਤੁਸੀਂ ਚਾਹ ਰਹੇ ਹੋ। ਨੰਬਰ ਦੱਸੋ। 03226700। ਯਾਰ ਜਾਣ ਦਿਓ ਬਾਈ ਜਾਨ, ਕਿੰਨਾ ਕਬੂਤਰ ਦਾ ਸ਼ੌਂਕ ਕਰੋ ਭੈਣ ਤੁਸੀਂ, ਨਹੀਂ ਰਹਿਣ ਦਿਓ ਭਾਈ ਜਾਨ। ਵੇਖੋ ਐਸੇ ਐਸੇ ਨਿਆਬ ਨਗੀਨੇ ਵਿਖਾ ਦਿੰਦੇ ਵਿੱਚ, ਫਿਰ ਤੁਸੀਂ ਬਦਰੰਗੇ ਵਿਖਾਓ ਤਾਂ ਫਾਇਦਾ ਤੇ ਕੋਈ ਨੀ। ਨੰਬਰ